ਲਮਾਣਾ ਦੇ ਤਹਿਸੀਲ ਰੋਡ ਤੇ ਬਿਜਲੀ ਦੀ ਦੁਕਾਨ ਸੀ ਜਿਹਦੇ ਵਿੱਚ ਅਚਾਨਕ ਅੱਗ ਲੱਗੀ ਕਿਨ ਕਾਰਨਾਂ ਨਾਲ ਲੱਗੀ ਫਾਇਰ ਬ੍ਰਿਗੇਡ ਇੱਥੇ ਪਹੁੰਚੀ ਹੈ ਅੱਗ ਤੇ ਕਾਬੂ ਪਾ ਲਏ ਗਏ ਲੇਕਿਨ ਬਿਜਲੀ ਦਾ ਸਮਾਨ ਹੋਣ ਕਰਕੇ ਪਲਾਸਟਿਕ ਦਾ ਤਾਰਾਂ ਔਰ ਕੁਝ ਸਮਾਨ ਜਿਹੜੇ ਪਲਾਸਟਿਕ ਦਾ ਹੁੰਦਾ ਉਹਦੇ ਕਰਕੇ ਇਹ ਪਾਈਪ ਹੈ ਪਲਾਸਟਿਕ ਦੇ ਇਸ ਕਰਕੇ ਅੱਗ ਬੀਤ ਦੇ ਜਿਹੜੀ ਪਾਰਟੀਸ਼ਨ ਹੈ ਉਹ ਵੀ ਲੱਕੜੀ ਦੀ ਦੀਵਾਰ ਬਣਾਈ ਗਈ ਹੈ ਦੋ ਦੁਕਾਨ ਦੋਨੋਂ ਭਰਾਵਾਂ ਦੀ ਦੁਕਾਨ ਹੈ ਇਸ ਦੇ ਨਾਲ ਇਹਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚ ਗਏ ਫਾਇਰ ਬ੍ਰਿਗੇਡ ਦੇ ਕਰਮਚਾਰੀ ਅੱਗ ਬੁਝਾਉਣ ਚ ਲੱਗੇ ਅੱਗ ਤੇ ਤਕਰੀਬਨ ਕਾਬੂ ਪਾ ਲਿਆ ਗਿਆ ਲੇਕਿਨ ਇਸ ਅੱਗ ਲੱਗਣ ਨਾਲ ਇਹ ਜਿਹੜੀ ਬਿਜਲੀ ਦੀ ਦੁਕਾਨ ਸੀ ਇਸ ਦੇ ਮਾਲਕਾਂ ਨੂੰ ਕਾਫੀ ਨੁਕਸਾਨ ਭੁਗਤਣਾ ਪੈਣਾ ਕਿਉਂਕਿ ਅੱਗ ਅਚਾਨਕ ਲੱਗੀ ਕਿਨ ਕਾਰਨਾਂ ਕਰਨ ਲੱਗੀ ਇਹ ਹੁਣ ਜਾਂਚ ਦਾ ਵਿਸ਼ਾ ਹੈ ਮੇਰੀ ਤਾਂ ਸਾਹਮਣੇ ਦੁਕਾਨ ਹੈ ਜੀ ਮੈਂ ਤਾਂ ਇੱਕ ਲਖਤ ਮੇਰਾ ਤਾਂ ਧਿਆਨ ਪਿਆ ਇੱਕ ਲਖਤ ਹੀ ਜਦੋਂ ਧਿਆਨ ਪਿਆ ਮੇਰੇ ਵਾਲਾ ਚੇਲਾ ਰਿੰਕੂ ਉਹਨੇ ਫਟਾਫਟ ਆਵਾਜ਼ ਮਾਰੀ ਹੈ ਕਿ ਇੱਕ ਲਖਤ ਆਗੀ ਅੱਗ ਲੱਗ ਗਈ ਹੈ ਇਹ ਤਾਂ ਇੰਨਾ ਸ਼ੁਕਰ ਹੈ ਆਂਢੀ ਗੁਆਂਢੀ ਸਾਰੇ ਪੈ ਗਏ ਨੇ ਜੂਸ ਵਾਲਿਆਂ ਦੇ ਨਾਲ ਦੁਕਾਨਾਂ ਨੇ ਬਾਲਟੀਆਂ ਪਾਣੀਆਂ ਭਰੀਆਂ ਨੇ ਕੰਟਰੋਲ ਕਰ ਇਹ ਮੋਟਰਾਂ ਦਾ ਹੀ ਕੰਮ ਹੈ ਜੀ ਬਿਜਲੀ ਦਾ ਕੰਮ ਇਹਨਾਂ ਦਾ ਹਾਂਜੀ ਦੋਨੇ ਭਰਾ ਹੀ ਨੇ ਹਾਂਜੀ ਪਾਰਟੀਸ਼ਨ ਲੱਕੜ ਦੀ ਹੈ ਜੀ ਦੁਆਰ ਨਹੀਂ ਹੈਗੀ ਵਿੱਚ ਚੱਕਰ ਤਾਂ ਹੀ ਜ਼ਿਆਦਾ ਬਣਿਆ ਨਾ ਜੀ ਪਾਰਟੀਸ਼ਨ ਜੇ ਦੂਜੀ ਹੁੰਦੀ ਫਿਰ ਤਾਂ ਇੰਨਾ ਹੋਣਾ ਨਹੀਂ ਸੀ ਕੰਮ ਇਹ ਤਕਰੀਬਨ ਸਾਨੂੰ 9-15 ਕੁ ਤੇ ਵਿੱਕੀ ਮੁੰਡਾ ਹੈ IDBI ਬੈਂਕ ਤੋਂ ਸਾਹਮਣੇ ਬ੍ਰਾਂਚ ਹੈ ਦੁਕਾਨ ਦੀ ਉਹ ਦਫ਼ਤਰ ਆਇਆ ਸੀ ਵੀ ਫਾਇਰ ਹੋ ਗਈ ਇੱਥੇ ਤੇ ਅਸੀਂ ਤੁਰੰਤ ਹੀ ਫਿਰ ਸਟਾਫ ਤੇ ਟੈਂਡਰ ਨਾਲ ਇੱਥੇ ਪਹੁੰਚੇ ਇਹ ਤਹਿਸੀਲ ਰੋਡ ਤੇ ਲੱਗੀ ਹੈ ਜੀ ਇਲੈਕਟ੍ਰੀਸ਼ੀਅਨ ਦੀ ਦੁਕਾਨ ਹੈ ਇਲੈਕਟ੍ਰੀਕਲ ਸਮਾਨ ਹੈ ਇੱਥੇ ਇਹ 10 ਕੁ ਮਿੰਟ ਦਾ ਹੀ ਸਮਾਂ ਲੱਗਿਆ ਜੀ ਅੱਗ ਤੇ ਅਸੀਂ ਫਿਰ ਕੰਟਰੋਲ ਕੀਤਾ ਇੱਚ ਜੀ ਬਿਜਲੀ ਦਾ ਸਮਾਨ ਹੈ ਪਲਾਸਟਿਕ ਹੈ ਪਲਾਸਟਿਕ ਦੇ ਪਾਈਪ ਫਿਟਿੰਗ ਵਾਲੇ ਵਾਇਰ ਵਗੈਰਾ ਇਲੈਕਟ੍ਰੀਕਲ ਸਮਾਨ ਹੈ ਜੀ ਕੈਮਰਾਮੈਨ BK ਗਰਗ ਦੇ ਨਾਲ ਪੁਰਸ਼ੋਤਮ ਕੌਸ਼ਿਕ ਸਮਾਣਾ ਨਿਊਜ਼।